ਇਕਬਾਣੀ ਚੈਨਲ ਦੇ ਰਾਹੀਂ ਅਸੀਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਹੁਣ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਬਹੁਤ ਹੀ ਖਾਸ ਮਹਿਮਾਨ ਜੋ ਕਿ ਪੁੰਛ ਤੋਂ ਨੇ ਸਰਦਾਰ ਰਜਿੰਦਰ ਸਿੰਘ ਜੀ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇਕਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਮੈਂ ਸਰਦਾਰ ਰਜਿੰਦਰ ਸਿੰਘ ਹੋਣਾ ਦੇ ਬਾਰੇ ਵਿੱਚ ਦੱਸ ਦਵਾਂ ਤੁਹਾਨੂੰ। ਇਹ ਪੁੰਛ ਤੋਂ ਸਾਡੇ ਨਾਲ ਹੁਣ ਗੱਲਬਾਤ ਕਰ ਰਹੇ ਨੇ ਔਰ ਇੱਕ ਅਜਿਹੀ ਖੇਡ ਦੇ ਕੋਚ ਨੇ ਜਿਹਦਾ ਬਹੁਤਾ ਜ਼ਿਆਦਾ ਇੰਡੀਆ ਦੇ ਵਿੱਚ ਆਪਾਂ ਦੇਖਦੇ ਹਾਂ ਨਾ ਕਿ ਹੋਰ ਬਹੁਤ ਸਾਰੀਆਂ ਖੇਡਾਂ ਨੇ ਜਿਹਦੇ ਤੋਂ ਨੌਜਵਾਨ ਪੀੜ੍ਹੀ ਵੀ, ਬੱਚੇ ਵੀ, ਆਪਾਂ ਕਾਫੀ ਸਾਰੇ ਜਾਣੂ ਆ। ਲੇਕਿਨ ਤਾਇਕਵਾਂਡੋ ਇੱਕ ਐਸੀ ਗੇਮ ਹੈ ਜਿਹਦੇ ਵਿੱਚ ਨੌਜਵਾਨ ਪੀੜ੍ਹੀ ਦਾ ਵੀ ਜਿਹੜਾ ਰੁਝਾਨ ਘੱਟ ਹੈ, ਸਾਡੇ ਬੱਚਿਆਂ ਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ। ਉਸ ਗੇਮ ਨੂੰ ਇਹ ਪੁੰਛ ਤੋਂ ਉਸ ਗੇਮ ਦੇ ਬਾਰੇ ਇਹਨਾਂ ਨੇ ਜਾਣਿਆ ਤੇ ਪੁੰਛ ਦੇ ਵਿੱਚ ਉਸ ਗੇਮ ਨੂੰ ਇਹ ਲੈ ਕੇ ਆਏ। ਕਿਸ ਤਰ੍ਹਾਂ ਦਾ ਇਹਨਾਂ ਦਾ ਸਫ਼ਰ ਰਿਹਾ, ਕਿਸ ਤਰ੍ਹਾਂ ਇਹਨਾਂ ਦਾ ਰੁਝਾਨ ਤਾਇਕਵਾਂਡੋ ਗੇਮ ਦੇ ਵੱਲ ਨੂੰ ਹੋਇਆ, ਉਹ ਵੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਦੂਸਰਾ ਇਹਨਾਂ ਦਾ ਮੇਨ ਮਕਸਦ ਜੋ ਇਹਨਾਂ ਨੇ ਸਾਂਝਾ ਕੀਤਾ ਕਿ ਇਹਨਾਂ ਦਾ ਮੇਨ ਮਕਸਦ ਇਹ ਹੈ ਕਿ ਗੇਮ ਦੇ ਰਾਹੀਂ, ਇਸ ਖੇਡ ਦੇ ਰਾਹੀਂ ਨੌਜਵਾਨ ਪੀੜ੍ਹੀ ਆ ਜਿਹੜੀ ਉਸਨੂੰ ਖੇਡਾਂ ਦੇ ਪ੍ਰਤੀ ਜੋੜਨਾ, ਕਿਉਂਕਿ ਆਪਾਂ ਅੱਜ ਦੇਖ ਰਹੇ ਹਾਂ ਸਾਡੀ ਨੌਜਵਾਨ ਪੀੜ੍ਹੀ ਆ ਗਲਤ ਰਾਹ ਤੇ ਤੁਰ ਰਹੀ ਆ, ਬਹੁਤਾ ਖੇਡਾਂ ਦੇ ਵੱਲ ਉਹਨਾਂ ਦੇ ਖੇਡਾਂ ਦੇ ਪ੍ਰਤੀ ਰੁਝਾਨ ਨਹੀਂ ਹੈਗਾ, ਤਾਂ ਇਹਨਾਂ ਦਾ ਇੱਕ ਮੇਨ ਮਕਸਦ ਇਹ ਵੀ ਹੈ। ਔਰ ਦੂਸਰਾ ਤਾਇਕਵਾਂਡੋ ਗੇਮ ਇੱਕ ਅਜਿਹੀ ਗੇਮ ਹੈ, ਕਿਉਂਕਿ ਇੰਡੀਆ ਦੇ ਵਿੱਚ ਇਸ ਗੇਮ ਦੇ ਬਾਰੇ ਬਹੁਤਾ ਨਹੀਂ ਪਤਾ ਔਰ ਬਹੁਤੇ ਬੱਚਿਆਂ ਦਾ ਪਹਿਲਾਂ ਪਹਿਲਾਂ ਇਹਦੇ ਵੱਲ ਇੰਟਰਸਟ ਨਹੀਂ ਵੀ ਹੁੰਦਾ ਸੀ। ਔਰ ਪੁੰਛ ਇੱਕ ਅਜਿਹਾ ਏਰੀਆ, ਪੁੰਛ ਦੇ ਵਿੱਚੋਂ ਹੁਣ ਤੇ ਕਾਫੀ ਜ਼ਿਆਦਾ ਉੱਥੇ ਆਪਾਂ ਕਹਿ ਸਕਦੇ ਹਾਂ ਤਰੱਕੀਆਂ ਵੀ ਹੋ ਗਈਆਂ ਨੇ, ਲੇਕਿਨ ਉਸ ਏਰੀਏ ਦੇ ਵਿੱਚੋਂ ਤਾਇਕਵਾਂਡੋ ਵੱਲ ਨੂੰ ਰੁਝਾਨ ਹੋਣਾ, ਫਿਰ ਉਸ ਤੇ ਬਾਅਦ ਬੁਲੰਦੀਆਂ ਤੱਕ ਜਾਣਾ, ਉਹ ਵੀ ਇਹਨਾਂ ਦੇ ਆਪਣੇ ਦੇ ਲਈ ਕਾਫੀ ਜ਼ਿਆਦਾ ਮਾਣ ਦੀ ਗੱਲ ਹੈ। ਕਿਉਂਕਿ ਆਪਾਂ ਅਕਸਰ ਉਹਨਾਂ ਸ਼ਖਸੀਅਤਾਂ ਨੂੰ ਇੱਕ ਬਾਣੀ ਚੈਨਲ ਤੁਹਾਡੇ ਰੂਬਰੂ ਕਰਦਾ ਹੈ ਜਿਨ੍ਹਾਂ ਨੇ ਸਾਡੇ ਸਾਡੇ ਜਿਹੜੇ ਸਮਾਜ ਦੇ ਨਾਲ, ਸਾਡੇ ਜਿਹੜੇ ਸਿੱਖ ਸਮਾਜ ਦੇ ਨਾਲ ਸੰਬੰਧ ਰੱਖਦੀਆਂ ਸ਼ਖਸੀਅਤਾਂ ਨੇ, ਜਿਨ੍ਹਾਂ ਨੇ ਵਧੀਆ ਬੁਲੰਦੀਆਂ ਹਾਸਲ ਕੀਤੀਆਂ ਨੇ, ਚੰਗੇ ਚੰਗੇ ਪੂਰਨੇ ਪਾਏ ਨੇ, ਹਨਾ। ਔਰ ਉਹਨਾਂ ਦੇ ਵਿੱਚੋਂ ਹੀ ਆਪਾਂ ਹੁਣ ਖੇਡਾਂ ਦੇ ਪ੍ਰਤੀ ਜਿਹੜੇ ਸਾਡੇ ਵੀਰਾਂ ਨੇ ਜਿਨ੍ਹਾਂ ਨੇ ਮਤਲਬ ਕਿ ਮੱਲਾਂ ਮਾਰੀਆਂ ਨੇ, ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰੀਏ। ਤਾਂ ਇਸੇ ਦੇ ਦੌਰਾਨ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਰਦਾਰ ਰਜਿੰਦਰ ਸਿੰਘ ਹੋਣਾ ਦੇ ਨਾਲ। ਜੀ ਵੀਰ ਜੀ, ਮੇਰਾ ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਇਹੀ ਰਹੇਗਾ ਕਿ ਤਾਇਕਵਾਂਡੋ ਇੱਕ ਅਜਿਹੀ ਖੇਡ ਜਿਹਦੇ ਬਾਰੇ ਮੈਂ ਪਹਿਲਾਂ ਵੀ ਗੱਲ ਕੀਤੀ ਆ, ਜਿਹਦੇ ਬਾਰੇ ਬਹੁਤਾ ਸਾਨੂੰ ਨਹੀਂ ਪਤਾ, ਨਾ ਨੌਜਵਾਨ ਪੀੜ੍ਹੀ ਨੂੰ ਪਤਾ ਸੀ, ਨਾ ਬੱਚਿਆਂ ਨੂੰ ਪਤਾ ਸੀ, ਪੁੰਛ ਜ਼ਿਲ੍ਹੇ ਦੇ ਵਿੱਚ ਤੁਹਾਡਾ ਤਾਇਕਵਾਂਡੋ ਦੇ ਵੱਲ ਰੁਝਾਨ ਹੋਣਾ, ਇਹਦੀ ਸ਼ੁਰੂਆਤ ਕਿਵੇਂ ਹੋਈ? ਹਾਂਜੀ, ਜਿਸ ਤਰ੍ਹਾਂ ਤੁਸੀਂ ਪੁੱਛਿਆ ਹੈ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਡਿਪਾਰਟਮੈਂਟ ਆਫ ਯੂਥ ਸਰਵਿਸਿਜ਼ ਐਂਡ ਸਪੋਰਟਸ, ਜਿਹਦੇ ਵਿੱਚ ਮੈਂ ਫਿਜ਼ੀਕਲ ਐਜੂਕੇਸ਼ਨ ਟੀਚਰ ਹਾਂ, ਉਹ ਜੁਆਇਨ ਕਰਨੇ ਤੋਂ ਪਹਿਲਾਂ ਮੈਂ BSF ਸੀਨੀਅਰ ਸੈਕੰਡਰੀ ਸਕੂਲ, ਜਿਹੜਾ ਜੰਮੂ ਵਿੱਚ ਹੈ, ਮੈਂ ਉਹਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਟੀਚਰ ਸੀ। ਫਿਰ ਅਚਾਨਕ ਡਿਪਾਰਟਮੈਂਟ ਆਫ ਯੂਥ ਸਰਵਿਸਿਜ਼ ਐਂਡ ਸਪੋਰਟਸ ਵਿੱਚ ਕੁਝ ਪੋਸਟਾਂ ਐਡਵਰਟਾਈਜ਼ ਹੋਈਆਂ ਤੇ ਮੈਂ ਉਹ ਉੱਥੇ ਅਪਲਾਈ ਕੀਤਾ ਤੇ ਉੱਥੇ ਮੇਰੀ ਸਰਵਿਸ ਸਿਲੈਕਸ਼ਨ ਲਿਸਟ ਵਿੱਚ ਨੰਬਰ ਆ ਗਿਆ ਤੇ ਮੈਂ ਜੀ ਫਿਰ ਜੰਮੂ ਨੂੰ, ਉਹ ਇਦਾਰਾ ਜਿਹੜਾ BSF ਦਾ ਸੀ, ਉਸਨੂੰ ਛੱਡ ਕੇ ਮੈਂ ਡਿਪਾਰਟਮੈਂਟ ਆਫ ਯੂਥ ਸਰਵਿਸਿਜ਼ ਐਂਡ ਸਪੋਰਟਸ, ਜੋ ਕਿ ਡਿਸਟ੍ਰਿਕਟ ਕੈਡਰ ਦੀ ਪੋਸਟਾਂ ਸੀ, ਪੁੰਛ, ਉਹ ਜੁਆਇਨ ਕੀਤੀਆਂ ਤੇ ਐਜ਼ ਅ ਫਿਜ਼ੀਕਲ ਐਜੂਕੇਸ਼ਨ ਟੀਚਰ ਜੁਆਇਨਿੰਗ ਪਾਈ। ਤੇ ਜਿਲੇ ਮੈਂ ਜੁਆਇਨਿੰਗ ਪਾਈ ਹੈ ਡਿਪਾਰਟਮੈਂਟ ਆਫ ਯੂਥ ਸਰਵਿਸਿਜ਼ ਐਂਡ ਸਪੋਰਟਸ ਡਿਸਟ੍ਰਿਕਟ ਪੁੰਛ ਵਿੱਚ, ਤੇ ਬੀਇੰਗ ਅ ਟਾਈਕੰਡੋ ਐਕਸਪਰਟ, ਕਿਉਂਕਿ ਮੈਂ ਟਾਈਕੰਡੋ ਦਾ ਐਕਸਪਰਟ ਹਾਂ ਡਿਸਟ੍ਰਿਕਟ ਪੁੰਛ ਦਾ, ਤੇ ਇਹ ਸਾਰਾ ਕ੍ਰੈਡਿਟ ਜਿਹੜਾ ਜਾਂਦਾ ਹੈ ਮੇਰੇ ਕੋਚ ਅਤੁਲ ਪੰਗੋਤਰਾ ਨੂੰ ਜਾਂਦਾ ਹੈ, ਕਿ ਜਿਤਨੀ ਵੀ ਮੈਂ ਟਾਈਕੰਡੋ ਦੀ ਕੋਚਿੰਗ ਵਗੈਰਾ ਲਿੱਤੀ ਸੀ, ਉਹ ਆਪਣੇ ਕੋਚ ਮਾਸਟਰ ਅਤੁਲ ਪੰਗੋਤਰਾ, ਜੋ ਕਿ ਇੰਟਰਨੈਸ਼ਨਲ ਰੈਫਰੀ ਵੀ ਹਨ, ਇੰਟਰਨੈਸ਼ਨਲ ਕੋਚ ਵੀ ਹਨ, ਉਹਨਾਂ ਦੇ ਰਾਹੀਂ ਲਿੱਤੀ ਸੀ। ਤੇ ਜਿਲੇ ਜੀ ਮੈਂ ਪੁੰਛ ਵਿੱਚ ਜੁਆਇਨਿੰਗ ਪਾਈ ਤੇ ਇੱਥੇ ਤੇ ਲੋਕਾਂ ਨੂੰ ਬਿਲਕੁਲ ਪਤਾ ਹੀ ਨਹੀਂ ਸੀ ਟਾਈਕੰਡੋ ਦੇ ਬਾਰੇ। ਟਾਈਕੰਡੋ ਇੱਕ ਓਲੰਪਿਕ ਮਾਰਸ਼ਲ ਆਰਟ ਹੈ ਔਰ ਵਰਲਡ ਵਿੱਚ ਕਾਫੀ ਫੇਮਸ ਹੈ, ਸਾਊਥ ਕੋਰੀਆ ਵਿੱਚ ਇਹਦਾ ਜੀ ਹੈੱਡਕੁਆਟਰ ਹੈ, ਮਤਲਬ ਕਿ ਬਹੁਤ ਓਲੰਪਿਕ, ਏਸ਼ੀਅਨ ਔਰ ਕਾਮਨਵੈਲਥ, ਇਹ ਤਿੰਨੋਂ ਜਿਹੜੇ ਬੜੇ ਇਵੈਂਟ ਹੁੰਦੇ ਹਨ, ਇਹਨਾਂ ਵਿੱਚ ਰੈਕੋਗਨਾਈਜ਼ਡ ਗੇਮ ਹੈ ਔਰ SRO ਵਿੱਚ ਇਹ ਗੇਮ ਹੈ। ਤੇ ਸਾਡੇ ਪੁੰਛ ਇੱਕ ਬਾਰਡਰ ਡਿਸਟ੍ਰਿਕਟ ਹੈ, ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਸ ਗੇਮ ਦਾ, ਤੇ ਸ਼ੁਰੂ ਸ਼ੁਰੂ ਵਿੱਚ ਕਾਫੀ ਮੁਸ਼ਕਲਾਂ ਆਈਆਂ, ਸਾਡੇ ਕੋਲ ਇਕਵਿਪਮੈਂਟ ਨਹੀਂ ਸਨ। ਫਿਰ ਮੈਂ ਜਿਲੇ ਆਇਆ ਤੇ ਫਿਰ ਮੈਂ ਬੱਚਿਆਂ ਨੂੰ ਅਵੇਅਰ ਕੀਤਾ, ਪੇਰੈਂਟਸ ਨੂੰ ਅਵੇਅਰ ਕੀਤਾ, ਫਿਰ ਆਪਣੇ ਕੋਲੋਂ ਹੀ ਖਰਚਾ ਕਰਕੇ ਮੈਂ ਥੋੜੇ ਇਕਵਿਪਮੈਂਟ ਲਿੱਤੇ, ਚਾਰ ਬੱਚਿਆਂ ਲਈ ਮੈਂ ਸਟਾਰਟ ਕੀਤੀ ਸੀ ਟਾਈਕੰਡੋ ਇੱਥੇ ਪੁੰਛ ਵਿੱਚ। ਤੇ ਉਸ ਟਾਈਮ ਚਾਰ ਹੀ ਬੱਚੇ ਤੇ ਜਿਨ੍ਹਾਂ ਨੂੰ ਮੈਂ ਟਾਈਕੰਡੋ ਲਈ ਅਵੇਅਰ ਕੀਤਾ, ਤੇ ਛੋਟੀ ਜੀ ਕਲਾਸ ਜੋ ਕਿ ਸਪੋਰਟਸ ਸਟੇਡੀਅਮ ਪੁੰਛ ਵਿੱਚ ਚਲਾਣੀ ਸਟਾਰਟ ਕੀਤੀ। ਤੇ ਜੀ ਉਸ ਟਾਈਮ ਕਾਫੀ ਮੁਸ਼ਕਲਾਂ ਆਈਆਂ, ਕਿਉਂਕਿ ਇਕਵਿਪਮੈਂਟ ਨਹੀਂ ਸੀ, ਜਿੱਦਾਂ ਮੈਂ ਦੱਸਿਆ ਵੀ ਤੁਹਾਨੂੰ ਕਿ ਇਕਵਿਪਮੈਂਟ ਸਾਡੇ ਕੋਲ ਕਾਫੀ ਕਮੀ ਸੀ ਇਕਵਿਪਮੈਂਟ ਦੀ।
ਤੇ ਕਾਫੀ ਮੁਸ਼ਕਲਾਂ ਤਾਂ ਆਈਆਂ ਤੇ ਅੱਜ ਤੇ ਉਹ ਚਾਰ ਬੱਚਿਆਂ ਤੋਂ ਲੈ ਕੇ ਅੱਜ ਮੈਂ ਕਹਿੰਦਾ ਹਾਂ ਕਿ ਟ੍ਰੈਂਡਿੰਗ ਗੇਮ ਬਣ ਚੁੱਕੀ ਹੈ ਟਾਈਕਾਂਡੋ ਪੁੰਛ ਵਿੱਚ। ਮੋਰ ਦੈਨ 200+ ਬੱਚਾ ਜੋ ਜਿੰਨੇ ਬੱਚੀਆਂ ਵੀ ਹਨ ਤੇ ਬੱਚੇ ਵੀ ਹੈ ਤੋ ਟਾਈਕਾਂਡੋ ਸਿੱਖਦੇ ਹਨ ਸਪੋਰਟਸ ਸਟੇਡੀਅਮ ਪੁੰਛ ਵਿੱਚ। ਜੀ ਵੀਰ ਜੀ, ਜਿੱਦਾਂ ਗੱਲ ਕੀਤੀ ਜਾਵੇ, ਤੁਸੀਂ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਤਾਂ ਨਾਮ ਰੋਸ਼ਨ ਕੀਤਾ ਹੀ ਹੈ ਨੈਸ਼ਨਲ ਲੈਵਲ ਦੇ ਉੱਤੇ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੁਸੀਂ ਭਾਰਤ ਦਾ ਵੀ ਨਾਮ ਰੋਸ਼ਨ ਕੀਤਾ ਹੈ, ਔਰ ਉੱਥੋਂ ਤੱਕ ਦਾ ਤੁਹਾਡਾ ਸਫ਼ਰ ਕੀ ਹੈ? ਮਤਲਬ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਖੇਡ ਚੁੱਕੇ ਹੋ, ਔਰ ਕੀ ਤੁਹਾਨੂੰ ਅਚੀਵਮੈਂਟਸ ਉੱਥੋਂ ਹੈ ਨੇ, हाँ ਨੈਸ਼ਨਲ जिथे ਔਰ तक ਇੰਟਰਨੈਸ਼ਨਲ? हाँ जिसी तुसी पूछिया के इंटरनेशनल ते नेशनल दा, ते मैं नेशनल दा दसांगा तुहानू के जिले असी इथे ट्रेनिंग देनी स्टार्ट कीती मैं ते स्पोर्ट्स स्टेडियम पहुंची ते काफी ज्यादा टैलेंट शो होया क्योंकि एक बॉर्डर एरिया है, ग्रां दे बच्चे भी आंदे ने ते काफी ज्यादा हेल्दी रहंदे ने एज कंपेयर टू सिटी टाउन नाल अगर असी कंपेयर करिए, ते काफी बच्चियां भी टैलेंट सी ते उस टैलेंट नू एक फिजिकल टीचर दा काम ही होंदा है कि टैलेंट नू स्पॉट आउट कीता जाए ते उसनू और निखारिया जाए, ते उसने बच्चियां नू मैं ट्रेन किया, फिर ओदे स्टेट लेवल ते पार्टिसिपेट करवाया, स्टेट लेवल ते बच्चियां नू गोल्ड मेडल लियांदे, ओदे बाद नेशनल हुई, डिफरेंट डिफरेंट जो स्टेट्स हैं इंडिया दी उथे नेशनल लेवल दी चैंपियनशिप हुई, उत्थे भी साडे बच्चियां ने रिप्रेजेंट किया, ते ओदे बाद एक इंटरनेशनल लेवल दी चैंपियनशिप हुई जो कि वर्ल्ड टाइकंडो ने करवाई जिदे विच 22 कंट्रियां ने पार्टिसिपेट किया, ते ओदे विच भी मैं प्राउडली बड़ा खुशी महसूस हुंदी है मैनू, कहिंदे कि साडे इस बॉर्डर डिस्ट्रिक्ट ਤੂੰ ਚਾਰ ਪੰਜ ਬੱਚੇ 4 ਤੋਂ 5 ਬੱਚੇ ਜਿਹੜੇ ਹਨ ਉੱਥੇ ਇੰਡੀਆ ਨੂੰ ਉਹਨਾਂ ਰਿਪ੍ਰੈਜ਼ੈਂਟ ਕੀਤਾ, ਤੇ ਮੈਂ ਐਜ਼ ਅ ਕੋਚ ਵੀ ਉਹਨਾਂ ਦਾ ਗਿਆ ਦਾ ਸਾਂ ਉਸ ਚੈਂਪੀਅਨਸ਼ਿਪ ਵਿੱਚ ਉਹਨਾਂ ਦੇ ਨਾਲ, ਤੇ ਉਹਦੇ ਬਾਅਦ ਇੱਕ ਹੋਰ ਬੜੀ ਅਚੀਵਮੈਂਟ ਕਿਉਂਕਿ ਤੁਸੀਂ ਸਮਝ ਸਕਦੇ ਹੋ ਕਿ ਇਸ ਟਾਈਮ ਕਿਤਨੀ ਮਹਾਮਾਰੀ ਚੱਲ ਰਹੀ ਹੈ ਕੋਰੋਨਾ ਦੇ ਫੈਲਿਆ ਦਾ ਪੂਰੇ ਵਰਲਡ ਵਿੱਚ, ਇਤਨੀ ਲੋਕ ਜਿਤਨੇ ਕਾਫੀ ਲੋਕ ਆਪਣੀ ਜਾਨਾਂ ਗਵਾ ਬੈਠੇ ਹਨ, ਤੇ ਲਾਸਟ ਈਅਰ ਇੰਟਰਨੈਸ਼ਨਲ ਸਕੂਲ ਸਪੋਰਟਸ ਫੈਡਰੇਸ਼ਨ ਨੇ ਇੱਕ ਵਰਲਡ ਲੈਵਲ ਦੀ ਚੈਂਪੀਅਨਸ਼ਿਪ ਕਰਵਾਈ ਜਿਹਨੂੰ ਹੋਸਟ ਕੀਤਾ ਨੇਪਾਲ ਸਕੂਲ ਸਪੋਰਟਸ ਫੈਡਰੇਸ਼ਨ, ਜਿਹਦੇ ਵਿੱਚ 29 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ, ਤੇ ਉਹਦੇ ਵਿੱਚ ਉਹ ਇੱਕ ਵਰਚੁਅਲ ਪਲੇਟਫਾਰਮ ਚੈਂਪੀਅਨਸ਼ਿਪ ਸੀ ਵਰਚੁਅਲ ਪਲੇਟਫਾਰਮ ਤੇ ਜਿਹਦੇ ਵਿੱਚ ਸਾਡੇ ਪੁੰਛ ਦੇ 6 ਬੱਚਿਆਂ ਨੇ ਪਾਰਟਿਸਿਪੇਟ ਕੀਤਾ, ਤੋਂ ਮੈਂ ਐਜ਼ ਅ ਕੋਚ ਉੱਥੇ ਇੰਡੀਆ ਨੂੰ ਰਿਪ੍ਰੈਜ਼ੈਂਟ ਕੀਤਾ, ਤੇ ਕਾਫੀ ਅੱਛੀ ਅਚੀਵਮੈਂਟ ਸੀ ਸਾਡੇ ਉੱਥੇ ਬੱਚਿਆਂ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਮਹਾਮਾਰੀ ਵਿੱਚ ਬੰਦਾ ਨਿਕਲ ਨਹੀਂ ਸਕਦਾ ਫਿਰ ਵੀ ਸਾਡੇ ਬੱਚਿਆਂ ਨੇ ਉੱਥੇ ਇੰਡੀਆ ਨੂੰ ਰਿਪ੍ਰੈਜ਼ੈਂਟ ਕੀਤਾ ਹੈ। ਜੀ, ਹੁਣ ਤੱਕ ਕਿੰਨੇ ਬੱਚੇ ਤੁਹਾਡੀ ਜਿਹੜਾ ਤੁਹਾਡਾ ਕੋਚਿੰਗ ਸੈਂਟਰ ਹੈ, ਅਕੈਡਮੀ ਆ, ਉਹਦੇ ਵਿੱਚ ਕਿੰਨੇ ਬੱਚੇ ਹੁਣ ਤੁਹਾਡੇ ਕੋਲ ਐਟ ਪ੍ਰੈਜੈਂਟ ਨੇ, ਔਰ ਕਿੰਨਿਆਂ ਤੋਂ ਤੁਸੀਂ ਸ਼ੁਰੂ ਕੀਤਾ? हाँ मैम जिला मैं पहले ही दसिया है तुहानू कि 4 बच्चियां तू स्टार्ट कीता सी मैं, जी ते जी वो सफर जड़ा 4 बच्चियां तू स्टार्ट होया सी, आज 200+ बच्चा टाइकंडो सीखता है जिदे विच बच्चियां भी हैं और बच्चे भी हैं, ते जिथे तक अचीवमेंट दी सवाल है क्योंकि 2-2.5 साल भी नहीं हुए ना हाले टाइकंडो नू इथे आए दे, ते मैं अचीवमेंट जिथे तक दी सवाल है कि मैं तुहानू कहंदा कि 80 तों 90 बच्चा जड़ा साढ़े पुंछ विच इस टाइम स्टेट गोल्ड मेडलिस्ट है, डिफरेंट डिफरेंट कैटेगरीज जिदे विच बच्चे भी हैं और बच्चियां, और 12 तों 13 बच्चे एजे इन जो J&K यूटी नू नेशनल लेवल ते रिप्रेजेंट कर चुके हैं, और 6 तों 8 बच्चे एजे इन जड़े इंडिया नू इंटरनेशनल लेवल ते रिप्रेजेंट कर चुके हैं। जी। और वीर जी, अगर गल कीती जावे, जिस हिसाब दे नाल तुसीं दस्सिया कि बच्चे नेशनल इंटरनेशनल लेवल दे उपर वी खेडदे ने, तां कि इन्ना एप्रिशिएट तुहानू जिस हिसाब दे नाल तुहाडियां अचीवमेंट्स ने, कि एप्रिसिएशन मिलदी है कि भी कोच बहुत वधिया काम कर रहे ने, या सहूलतां दी गल कीती जावे, जो तुहानू सहूलतां चाहीदियां ने ओह इस समय पूरियां प्रोवाइड नहीं है, किते किते दिक्कतां आउंदियां ने? हाँ जिथे तक तुहानू तुसी गल कीती है इक्विपमेंट दी ते कमी है क्योंकि किसी भी अगर प्लेयर नू निखारना है किसी भी गेम नू निखारना है तो उहदे लई प्रॉपर इक्विपमेंट दी लोड़ हुंदी है, ते इक्विपमेंट दी कमी ते हाले भी साडे कोल बहुत ज्यादा है क्योंकि प्रॉपर इक्विपमेंट नहीं है, क्योंकि असी अगर बाहर चले जाइए जम्मू वाल या दिल्ली वाल चले जाइए ते प्रॉपर इक्विपमेंट जो गवर्नमेंट प्रोवाइड करवाती है साडे कोल हाले तक ते इतने इक्विपमेंट नहीं है, इथे ते एक MLC हैं प्रदीप शर्मा उन्होंने अपने वालों सानू कुछ मैट लेके दिते सी ते उहदे मैट पर ही प्रैक्टिस होंदी है, हालांकि अगर प्रॉपर इक्विपमेंट की गल करिए तो इतने ज्यादा इक्विपमेंट नहीं है, ते मैं तुहानू इतना भी दसना चाहवांगा कि जितनी भी स्पोर्ट्स अकैडमी चलती हैं सब तो ज्यादा इस टाइम अगर बच्चे कोई पार्टिसिपेट कर रहे हैं टाइकंडो विच ते वो पुंछ दे पुंछ डिस्ट्रिक्ट विच कर रहे हैं, ते इक्विपमेंट की बहुत ज्यादा कमी है,
ਸਾਡੇ ਪੁੰਛ ਦੇ ਬੱਚਿਆਂ ਕੋਲ, ਖਾਸ ਕਰਕੇ ਟਾਈਕਾਂਡੋ ਵਿੱਚ। ਜੀ, ਜਿੱਦਾਂ ਕਿਹੜੀ ਕਿਹੜੀ ਏਜ ਗਰੁੱਪ ਦੇ ਬੱਚੇ ਨੇ ਤੁਹਾਡੇ ਕੋਲ ਇਸ ਸਮੇਂ, ਅਲੱਗ ਅਲੱਗ ਏਜ ਗਰੁੱਪਸ ਕਿੱਥੋਂ ਦਾ? ਹਾਂਜੀ, ਜਿਸ ਤਰ੍ਹਾਂ ਤੁਸੀਂ ਏਜ ਗਰੁੱਪ ਦੀ ਗੱਲ ਕੀਤੀ ਤੇ ਮੈਂ ਦੱਸਣਾ ਚਾਹਾਂਗਾ ਮੈਮ, ਸਭ ਤੋਂ ਪਹਿਲੇ ਸਾਡੇ ਕੋਲੋਂ 8 ਸਾਲ ਦਾ ਸਾਡਾ ਬੱਚਾ ਜਿਹੜਾ ਹੈ ਉਹ ਨੈਸ਼ਨਲ ਚੈਂਪੀਅਨਸ਼ਿਪ ਖੇਲ ਸਕਦਾ ਹੈ, ਤੇ 8 ਸਾਲ ਤੋਂ ਅਸੀਂ ਸਟਾਰਟ ਕਰ ਸਕਦੇ ਹਾਂ। 8 ਤੋਂ ਲੈ ਕੇ 18 19 ਸਾਲ ਦੇ ਬੱਚੇ ਸਾਡੇ ਕੋਲ ਆਉਂਦੇ ਨੇ ਕੋਚਿੰਗ ਲੈਣ, ਜਿਹਦੇ ਵਿੱਚ ਬੱਚੀਆਂ ਵੀ ਆਉਂਦੀਆਂ ਹਨ ਡਿਫਰੈਂਟ ਏਜ ਗਰੁੱਪ ਵਿੱਚ, ਛੋਟੀ ਏਜ ਗਰੁੱਪ ਤੋਂ ਲੈ ਕੇ ਬੜੇ ਏਜ ਗਰੁੱਪ ਤੱਕ ਬੱਚੇ ਔਰ ਬੱਚੀਆਂ ਦੋਨੋਂ ਕੋਚਿੰਗ ਲੈਂਦੇ ਹਨ। ਔਰ ਵੀਰ ਜੀ, ਜੇਕਰ ਗੱਲ ਕੀਤੀ ਜਾਵੇ ਨੌਜਵਾਨ ਪੀੜ੍ਹੀ ਦੀ, ਤੁਹਾਨੂੰ ਕੀ ਲੱਗਦਾ ਕਿ ਖੇਡਾਂ ਕਿੰਨਾ ਕੁ ਵਧੀਆ ਰੋਲ ਪਲੇ ਕਰਦੀਆਂ ਨੇ? ਅਗਰ ਨੌਜਵਾਨ ਪੀੜ੍ਹੀ ਆ ਹੁਣ ਸਾਡੀ ਚੰਗੇ ਪਾਸੇ ਵੱਲ, ਬਹੁਤੀ ਬੱਚਿਆਂ ਦਾ ਜਿਹੜਾ ਰੁਝਾਨ ਹੈ ਉਹ ਕਿਤੇ ਨਾ ਕਿਤੇ ਮਾੜੀ ਸੰਗਤ ਦੇ ਵੱਲ ਵੀ ਜਾ ਰਿਹਾ ਹੈ ਨਾ, ਬੱਚੇ ਬਹੁਤਾ ਨੌਜਵਾਨ ਪੀੜ੍ਹੀ ਖਾਸ ਕਰਕੇ, ਖੇਡਾਂ ਕਿੰਨੀਆਂ ਲਾਭਦਾਇਕ ਸਿੱਧ ਹੁੰਦੀਆਂ ਨੇ ਬੱਚਿਆਂ ਨੂੰ ਚੰਗੇ ਪਾਸੇ, ਉਹਨਾਂ ਨੂੰ ਫਿਜ਼ੀਕਲੀ ਫਿੱਟ ਰੱਖਣ ਦੇ ਵਿੱਚ, ਔਰ ਜਿੱਦਾਂ ਨੌਜਵਾਨ ਪੀੜ੍ਹੀ ਦੇ ਲਈ? ਮੈਮ, ਤੁਸੀਂ ਬੜੀ ਅੱਛੀ ਕੁਐਸਚਨ ਕੀਤਾ ਹੈ। ਸਪੋਰਟਸ ਜਿਹੜੀ ਹੈ, ਸਪੋਰਟਸ ਤੇ ਇੱਕ ਬਹੁਤ ਇੰਪੋਰਟੈਂਟ ਏਜੰਸੀ ਹੈ, ਇੱਕ ਚੈਨਲਾਈਜ਼ ਇੱਕ ਜਿਹੜਾ ਬਿਹੇਵੀਅਰ ਹੁੰਦਾ ਹੈ, ਇੱਕ ਜਿਹੜੀ એનર્ਜੀ ਹੁੰਦੀ ਹੈ ਯੂਥ ਵਿੱਚ, ਉਹਨਾਂ ਨੂੰ ਪੋਜ਼ਿਟਿਵ ਚੈਨਲਾਈਜ਼ ਕਰਨ ਲਈ ਸਪੋਰਟਸ ਤੋਂ ਬੈਸਟ ਏਜੰਸੀ ਮੈਂ ਨਹੀਂ ਕੋਈ ਸਮਝਦਾ ਕਿ ਕੋਈ ਹੋਵੇਗੀ। ਸਪੋਰਟਸ ਇੱਕ ਬੈਸਟ ਏਜੰਸੀ ਹੈ, ਕਿਉਂਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਪੀੜ੍ਹੀ ਡਰੱਗਸ ਵੱਲ ਜਾ ਰਹੀ ਹੈ। ਸਪੋਰਟਸ ਤੋਂ ਜੀ ਇਲਾਵਾ ਮੈਂ ਐਂਟੀ ਡਰੱਗਸ ਪਰ ਵੀ ਕੰਮ ਕਰ ਰਹੇ ਹਾਂ ਕਿ ਜਿਤਨੀ ਵੀ ਨੌਜਵਾਨ ਪੀੜ੍ਹੀ ਹੈ ਉਹਨੂੰ ਮੋਟੀਵੇਟ ਕਰਨਾ ਹੈ ਕਿ ਤੁਸੀਂ ਸਪੋਰਟਸ ਵੱਲ ਆਓ, ਕਿਉਂਕਿ ਅਗਰ ਬੱਚਾ ਸਪੋਰਟਸ ਵੱਲ ਆਏਗਾ ਤੇ ਉਹਨੇ ਉਹਦੇ ਦਿਮਾਗ ਵਿੱਚ ਜੋ ਨੈਗੇਟਿਵ ਇੰਟੈਂਸ਼ਨਸ ਹਨ ਉਹ ਦੂਰ ਰਹਿੰਦੀਆਂ ਹਨ, ਮੋਰ ਓਵਰ ਰਾਦਰ ਉਹਦੀ ਜਿਹੜੀ એનર્ਜੀ ਹੈ ਉਹ ਪੋਜ਼ਿਟਿਵ ਵੇ ਨਾਲ ਚੈਨਲਾਈਜ਼ ਹੁੰਦੀ ਹੈ। ਤੇ ਮੈਂ ਕਹਿੰਦਾ ਸਪੋਰਟਸ ਜੋ ਬੈਸਟ ਏਜੰਸੀ ਹੈ ਕਿਸੇ ਵੀ ਯੂਥ ਨੂੰ ਪੋਜ਼ਿਟਿਵ ਵੇ ਪਰ ਚੈਨਲਾਈਜ਼ ਕਰਨ ਲਈ। ਜੀ, ਅਗਰ ਗੱਲ ਕੀਤੀ ਜਾਵੇ ਪੁੰਛ ਦੇ ਜ਼ਿਲ੍ਹੇ ਪੱਧਰ ਦੇ ਉੱਤੇ, ਤਾਂ ਤਾਈਕਵਾਂਡੋ ਨੂੰ ਲੈ ਕੇ ਜਾਂ ਹੋਰ ਖੇਡਾਂ ਨੂੰ ਲੈ ਕੇ, ਕੀ ਤੁਹਾਨੂੰ ਲੱਗਦਾ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਮੁਕਾਬਲੇ ਉਨੇ ਕਰਾਏ ਜਾਂਦੇ ਨੇ, ਉਨੇ ਜਿਹੜੇ ਰੱਖੇ ਜਾਂਦੇ ਨੇ ਮੁਕਾਬਲੇ, ਜਿਹਦੇ ਨਾਲ ਕਿ ਜਿਹੜਾ ਸਾਡੇ ਬੱਚੇ ਨੇ, ਨੌਜਵਾਨ ਪੀੜ੍ਹੀ ਹੈ, ਰੁਝਾਨ ਕਰੇ ਐਪਰੀਸ਼ੀਏਟ ਕਰਨ ਦੇ ਲਈ, ਕਿ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਉਹ ਬਹੁਤ ਨੇ, ਜਾਂ ਹੋਰ ਤੁਹਾਨੂੰ ਲੱਗਦਾ ਕਿ ਹੋਣਾ ਚਾਹੀਦਾ ਖੇਡਾਂ ਦੇ ਲਈ, ਹੋਰ ਜ਼ਿਆਦਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ? ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜਿਸ ਤਰ੍ਹਾਂ ਤੁਸੀਂ ਕੁਐਸਚਨ ਕੀਤਾ ਹੈ ਕਿ ਜ਼ਿਲ੍ਹਾ ਲੈਵਲ ਤੇ ਚੈਂਪੀਅਨਸ਼ਿਪਸ ਹੁੰਦੀਆਂ ਹਨ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਡਿਪਾਰਟਮੈਂਟ ਆਫ ਯੂਥ ਸਰਵਿਸਿਜ਼ ਐਂਡ ਸਪੋਰਟਸ ਦੇ ਜਿਹੜੇ ਡਾਇਰੈਕਟਰ ਜਨਰਲ ਨੇ ਡਾਕਟਰ ਸਲੀਮੁਰ ਰਹਿਮਾਨ, ਉਹ ਸਪੋਰਟਸ ਨੂੰ ਲੈ ਕੇ ਕਾਫੀ ਜ਼ਿਆਦਾ ਪਰਟੀਕੁਲਰ ਹਨ। ਸਾਡੇ ਪੁੰਛ ਦੀ ਇੱਕ ਬੈਸਟ ਅਚੀਵਮੈਂਟ ਆਈ ਹੈ, ਕਿਉਂਕਿ ਜਿਤਨੀ ਦੇਰ ਹੋ ਗਏ ਸਪੋਰਟਸ ਖੇਡਾਂ ਚੱਲ ਰਹੀਆਂ ਹਨ, ਕਾਫੀ ਪੁਰਾਣੇ ਸਮੇਂ ਤੋਂ ਵੀ ਅਗਰ ਅਸੀਂ ਕਹਾਂ, ਤੇ ਪੁੰਛ ਵਿੱਚ ਸਟੇਟ ਲੈਵਲ ਦੀ ਚੈਂਪੀਅਨਸ਼ਿਪ ਹੋਈ ਹੈ, ਉਹ ਵੀ ਟਾਈਕਾਂਡੋ ਦੀ। ਇਹ ਮੇਰੇ ਲਈ ਵੀ ਇੱਕ ਕਾਫੀ ਖੁਸ਼ੀ ਦਾ ਮੌਕਾ ਸੀ ਕਿ ਬਾਹਰਲੀ ਜਿਤਨੇ ਵੀ ਡਿਸਟ੍ਰਿਕਟ ਹਨ ਉਹਦੇ ਵਿੱਚ ਬੱਚੇ ਉੱਠ ਕੇ ਸਾਡੇ ਸਟੇਟ ਲੈਵਲ ਖੇਲਣੇ, ਸਾਡੇ ਪੁੰਛ ਵਿੱਚ ਹੋਸਟ ਹੋਈ ਹੈ। ਔਰ ਉਹਨਾਂ ਮੈਂ ਸ਼ੁਕਰੀਆ ਵੀ ਅਦਾ ਕਰਾਂਗਾ ਡਾਕਟਰ ਸਲੀਮੁਰ ਰਹਿਮਾਨ ਸਰ ਦਾ, ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਸਾਡੇ ਪੁੰਛ ਡਿਸਟ੍ਰਿਕਟ ਨੂੰ ਕਿ ਉਹ ਸਟੇਟ ਲੈਵਲ ਦੀ ਚੈਂਪੀਅਨ ਅਸੀਂ ਹੋਸਟ ਕੀਤੀ ਹੈ। ਔਰ ਮੈਂ ਖੁਸ਼ੀ ਦੇ ਨਾਲ ਤੁਹਾਨੂੰ ਦੱਸਣਾ ਵੀ ਚਾਹਾਂਗਾ, ਤੇ ਉਹਦੇ ਵਿੱਚ ਸਾਡੇ ਬੱਚੀਆਂ ਔਰ ਬੱਚਿਆਂ ਦੀ ਓਵਰਆਲ ਟਰਾਫੀ ਵੀ ਆਈ ਹੈ। ਤੋ ਕਾਫੀ ਜ਼ਿਆਦਾ, ਕਿਉਂਕਿ ਸ੍ਰੀਨਗਰ ਦੇ ਡਿਸਟ੍ਰਿਕਟ ਆਏ ਹਨ, ਜੰਮੂ ਦੇ ਆਏ ਹਨ, ਡਿਫਰੈਂਟ ਡਿਫਰੈਂਟ ਡਿਸਟ੍ਰਿਕਟ, ਤਕਰੀਬਨ 1000 ਬੱਚਾ ਇੱਥੇ ਆ ਕੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ ਡਿਫਰੈਂਟ ਡਿਫਰੈਂਟ ਏਜ ਗਰੁੱਪ ਵਿੱਚ। ਤੋ ਚੈਂਪੀਅਨਸ਼ਿਪਸ ਤੇ ਹੋ ਰਹੀਆਂ ਹਨ। ਤੋ ਸਿਰਫ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲੇ ਹੀ ਕਿਹਾ ਕਿ ਥੋੜੀ ਇਕਵਿਪਮੈਂਟ ਦੀ ਕਮੀ ਹੈ, ਅਗਰ ਇਕਵਿਪਮੈਂਟ ਦੀ ਸਾਨੂੰ ਪ੍ਰੋਪਰ ਮਿਲ ਜਾਣਗੇ, ਇਕਵਿਪਮੈਂਟ ਸਾਡੇ ਬੱਚਿਆਂ ਨੂੰ ਪ੍ਰੋਪਰ ਫੈਸਿਲਿਟੀ ਮਿਲ ਜਾਏਗੀ, ਤੇ ਉਹ ਦਿਨ ਦਿਨ ਦੂਰ ਨਹੀਂ ਹੈ ਕਿ ਮੈਂ ਦੇਖਦਾ ਕਿ ਸਾਡੇ ਇਸ ਪੁੰਛ ਚੋਂ ਕੋਈ ਓਲੰਪਿਕ ਜਾਂ ਏਸ਼ੀਅਨ ਮੈਡਲਿਸਟ ਵੀ ਨਿਕਲੇਗਾ। ਜੀ ਵੀਰ ਜੀ, ਔਰ ਜਿਹੜੀ ਤੁਸੀਂ ਕੋਚਿੰਗ ਦਿੰਦੇ ਹੋ, ਇਹਦੀ ਕੋਈ ਫੀ ਹੈ ਜਾਂ ਕਿਸ ਤਰ੍ਹਾਂ ਦੇ ਨਾਲ ਸਟਰਕਚਰ ਹੈ ਤੁਹਾਡਾ? ਮੈਮ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਐਟ ਪ੍ਰੈਜ਼ੈਂਟ ਪੋਸਟਿਡ ਹਾਂ ਗੌਰਮਿੰਟ ਹਾਈ ਸਕੂਲ ਸਾਤਰਾ, ਜੋ ਕਿ ਸਾਡੇ ਟਾਊਨ ਕੋਲੋਂ 20 ਕਿਲੋਮੀਟਰ ਦੂਰ ਹੈ। ਮੈਂ ਸਵੇਰੇ ਪਹਿਲੇ ਸਕੂਲ ਜਾਂਦਾ, ਆਪਣੀ ਸਕੂਲ ਦੀ ਡਿਊਟੀਜ਼ ਜਿਲੇ ਖਤਮ ਹੁੰਦੀਆਂ ਨੇ, ਮੈਂ ਉਹਦੇ ਬਾਅਦ ਡਾਇਰੈਕਟ ਗਰਾਊਂਡ ਹੀ ਆਉਂਦਾ ਹਾਂ, ਘਰ ਨੂੰ ਨਹੀਂ ਆਉਂਦਾ, ਪਹਿਲੇ ਮੈਂ ਗਰਾਊਂਡ ਜਾਂਦਾ ਹਾਂ ਤੇ ਉੱਥੇ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦਾ ਹਾਂ। ਤੇ ਮੈਂ ਤੁਹਾਡੇ ਚੈਨਲ ਰਾਹੀਂ ਇਹ ਦੱਸਣਾ ਚਾਹਾਂਗਾ ਤੇ ਟੋਟਲੀ ਫ੍ਰੀ ਆਫ ਕਾਸਟ, ਕਿਸੇ ਵੀ ਬੱਚੇ ਕੋਲੋਂ ਅਸੀਂ ਇਹ
पैसा भी नहीं लेंदे, और मोर ओवर मेरे अपने पर्सनल एफर्ट इन कि जो बच्चा गरीब है जिदे कोल कुछ यूनिफॉर्म नहीं है या कुछ इक्विपमेंट नहीं है प्रॉपर, तो मैं अपने वालों उन्हें इक्विपमेंट भी प्रोवाइड करता और फ्री यूनिफॉर्म भी देता हाँ। और जिथे तक कोचिंग का सवाल है वो बिल्कुल फ्री ऑफ कॉस्ट है। अगर असी कंपेयर करिए बड़े बड़े शहरों नाल जिसमें दिल्ली उत्थे डिफरेंट अकेडमियां चलदियां हैं, तो वो कम से कम 1500 तो 2000 रुपया पर मंथ लेंदे जी हैं बच्चों को। ते अगर असी कंपेयर करिए पुंछ नाल ते असी जड़ी कोचिंग है 200 तो 250 बच्चा साढ़े को कोचिंग लेंदा है, और टोटली फ्री ऑफ कॉस्ट कोचिंग होंदी है स्पोर्ट्स स्टेडियम पुंछ विच। जी बिल्कुल, बहुत बहुत बधाई दे पात्र भी हो तुसी, और सी साडे सारे तुहाडा धन्नवाद भी करदे आ कि तुसी समाज दे लई बच्चियां नूं खेडां दे प्रति जागरूक करन दे लई इन्ना वधिया जड़ा काम कर रहे हो, अपना फर्ज पूरा निभा रहे हो। और वीर जी, जेकर जेनुअन एक गल कीती जाए कि अजकल आपां देखदे आ बच्चे दे उपर आपां पढ़ाई दा बहुत ज्यादा प्रेशर पाया होया है ना, स्टडी स्टडी, और लॉकडाउन दे दौरान तां बच्चे वैसे भी घर दे अंदर बिल्कुल स्टक हो गए आ, किते जाना आउणा नहीं हैगा। जी तुसी तुहाडे हिसाब दे नाल पढ़ाई दे नाल नाल खेडां दा किन्ना जरूरी है अज बच्चियां दे लई? मैम, वो एक पुराना प्रोवर्ब है तुसी सुनिया भी होएगा कि पढ़ोगे लिखोगे बनोगे नवाब, खेलोगे कूदोगे बनोगे खराब। आज वो जड़ा पूरा प्रोवर्ब है वो चेंज हो गया है, आज है कि पढ़ोगे लिखोगे बनोगे नवाब, खेलोगे कूदोगे और बनोगे नवाबों के नवाब। क्योंकि अजकल जड़ा खेडा है ना वो बहुत ज्यादा जरूरी है, क्योंकि पढ़ाई तो आप निगलेक्ट नहीं कर सकते, पढ़ाई तो जरूरी भी है पर स्पोर्ट्स जी एक बहुत जरूरी है, क्योंकि स्पोर्ट्स आदा माइंड बिल्कुल ओके रखता है, बिल्कुल फिट रखता है, साड़ी कंसंट्रेशन पावर बढ़ती है स्पोर्ट्स ना। अगर असी स्पोर्ट्स ते पढ़ाई नू लेके चलांगे तो डेफिनेटली काफी ज्यादा एवेन्यूज हैं। तुसी देखो कि स्पोर्ट्स कैटेगरी बनती है, अगर एक बच्चा वधिया पढ़िया लिखा होएगा या कोई 12th च अच्छे नंबर होंगे या किसी भी डिफरेंट डिफरेंट यूनिवर्सिटी भी जाना, एक स्पोर्ट्स कोटा होंदा है जिदे राही जी एमबीबीएस बच्चे स्पोर्ट्स कोटे विच अपनी पोस्टां हासिल करते हैं। इंजीनियरिंग विंग च मने जाओ या डिफरेंट यूनिवर्सिटी च मान लो तुसी, ते उत्थे साडे बच्चे जांदे हैं, ते इथू ये क्लियर हो जांदा है कि स्पोर्ट्स जो है बहुत इंपॉर्टेंट है। पढ़ाई दे नाल नाल जिस बच्चे अगर स्पोर्ट्स भी जारी रखे है और अच्छे तरीके नाल स्पोर्ट्स च पार्टिसिपेट किया है, डेफिनेटली वो एक अच्छे मुकाम ते जाएगा। जी वीर जी, और एक सवाल जेड़ा मैंने स्टार्टिंग में भी पूछना चाहिए था सी, लेकिन मेरे जहन च हुन आया कि तुसी ताइक्वांडो गेम ही क्यों चुनी? गेम तो आपा होर भी ने किन्नी देर तो तुहाडा रुझान इस गेम दे वाल है? हाँ जी, मैं दसना चाहवांगा कि जड़ा मैं अपना कैरियर है वो एज ए बॉक्सिंग प्लेयर स्टार्ट किया सी। मैं बॉक्सिंग विच नेशनल भी खेलिया हाँ, उसके बाद स्टेट लेवल ते भी गोल्ड मेडलिस्ट हाँ, इंटर कॉलेज ते भी 7 तो 8 बार गोल्ड मेडलिस्ट हाँ, और जम्मू यूनिवर्सिटी नू मैं 7 तो 8 बार ऑल इंडिया लेवल ते भी रिप्रेजेंट किया है। ते जी टाइकांडो का जड़ा मेरा कैरियर है ये स्टार्ट होया 2008 विच, ते जी जड़े मेरे मास्टर अतुल पंगोत्रा हैं उन्होंने मैनू गाइड किया कि तुसी, क्योंकि बॉक्सिंग विच काफी ज्यादा इंजरी होंदी सी, ते अजकल पेरेंट्स कई अवेयर भी नहीं हैं कि अपने बच्चों नू कॉम्बैट स्पोर्ट्स विच कट पाना है, ते उन्होंने मैनू अवेयर किया कि तुसी टाइकंडो भी जाओ। ते जितनी भी मेरी कोचिंग है वो मास्टर अतुल पंगोत्रा नू मैं क्रेडिट देंदा हां, क्योंकि वो ग्रैंड मास्टर हैं इस टाइम, इंटरनेशनल रेफरी भी हैं और वो भी साडे डिपार्टमेंट ऑफ यूथ सर्विसेज दे एक फिजिकल एजुकेशन टीचर हैं, और काफी ज्यादा अचीवमेंट, शेरे कश्मीर अवार्डी भी हैं वो। ते मैं दसना जी चाहवांगा टाइकंडो, टाइकंडो जो उन्होंने मैनू रेफरी कोर्स करवाए, स्टेट लेवल दी चैंपियनशिप विच पार्टिसिपेट किया, उसके बाद मैं ब्लैक बेल्ट की है साउथ कोरिया च वर्ल्ड कुकी वानी चू, उसके बाद मैं 2 बार नेशनल रेफरी का कोर्स क्वालिफाई किया है जो कि ऑल इंडिया लेवल ते होंदा है, तो उसके बाद डिफरेंट जो टीम्स जांदियां हैं चाहे वो डिपार्टमेंट ऑफ यूथ सर्विसेज एंड स्पोर्ट्स दी तरफों होए या फेडरेशन दी तरफों होए, मैं एज ए कोच जांदा हाँ और एज ए हेड ऑफ डेलीगेशन भी मैं कई बारी डिपार्टमेंट ऑफ यूथ सर्विसेज दी तरफों जेएंडके नू रिप्रेजेंट किया है। तो उस वो जरा सफर 2008 तो स्टार्ट होया सी, तो डिफरेंट डिफरेंट ग्रेडिंग वगैरह करके, बेल्ट ग्रेडिंग करके, नेशनल रेफरी कोर्स करके मेरा रुझान टाइकंडो वाद होया, ते उदे बाद ये जरा सारी प्रोसीजर है 2008 तो मैं टाइकंडो नाल जुड़िया, क्योंकि बच्चों लिए काफी अच्छी गेम है और मैं कहता वर्ल्ड फेमस गेम है और काफी ज्यादा फिटनेस रहती है बच्चों और मोर ओवर ज्यादा इंजरी भी नहीं है इस गेम। जी, और वीर जी गल की जाए जिदा खेडां दे विच मेहनत ते है, कोई भी खेड तुसी चुनदे ओदे विच हार्ड वर्क ते है, लेकिन उस हार्ड वर्क नू करन दे नाल दिल नू किन्नी तसल्ली मिलदी है?
ਕਈ ਵਾਰੀ ਹੁੰਦਾ ਆਪਾਂ ਕਹਿੰਦੇ ਹਾਂ ਕਿ ਚਲੋ ਇੱਕ ਵਾਰੀ ਬੰਦਾ ਕਹਿੰਦੇ ਨੇ ਨਾ ਡਿੱਗ ਡਿੱਗ ਕੇ ਸਵਾਰ ਹੁੰਦਾ, ਕਈ ਵਾਰੀ ਆਪਾਂ ਢੇਰੀ ਢਾ ਕੇ ਬਹਿ ਜਾਂਦੇ ਹਾਂ ਕਿ ਮਤਲਬ ਹੁਣ ਮੇਰੇ ਕੋਲੋਂ ਹੋ ਨਹੀਂ ਰਿਹਾ ਜਾਂ ਮੈਨੂੰ ਦੇਖੋ ਕੋਈ ਪਲੇਟਫਾਰਮ ਮਿਲ ਨਹੀਂ ਰਿਹਾ। ਤੁਹਾਨੂੰ ਕੀ ਲੱਗਦਾ ਕਿ ਇਹ ਜਦੋਂ ਆਪਾਂ ਡਿੱਗ ਕੇ ਸਵਾਰ ਹੁੰਦੇ ਹਾਂ ਉਹਦੇ ਵਿੱਚ ਕਿੰਨਾ ਮਜ਼ਾ ਆਉਂਦਾ, ਇਸ ਮਿਹਨਤ ਨੂੰ ਕਰਨ ਦੇ ਵਿੱਚ ਕਿੰਨਾ ਵਧੀਆ ਲੱਗਦਾ? हाँ मैम, ये एक टेक्निकली क्वेश्चन है जिहड़ा तुसीं पूछिया है, क्योंकि किसी भी फील्ड विच अगर तुसीं जाते हो मेहनत तो जरूरी है। अगर तुसीं प्रॉपर मेहनत नहीं करोगे तो अचीवमेंट आएगी नहीं, तो अचीवमेंट तां ही आएगी जिले तुसीं अपने दिल नूं पक्का कर लोगे कि मैनूं मेहनत करनी है तां ही मैं इस फील्ड विच जाऊंगा। क्योंकि किसी टाइम लगता है कि हाँ प्लेयर पार्टिसिपेट करता है, उसकी अचीवमेंट नहीं आती है, तो उसके दिल नूं हो जाता है यार मैं इतनी देर नाल पार्टिसिपेट कर रहा हूं, मेरी अचीवमेंट नहीं आती है, उसकी परफॉर्मेंस ही एक प्लेटू आ जाता है। टेक्निकली टर्म है प्लेटू, क्योंकि उसकी स्टैगनेंट हो जाती है उसकी परफॉर्मेंस, तो वो कहता है यार मैं इतनी देर पढ़ के उन्हों उन्ना उन्ना प्लेयरों लिए मैं एक एडवाइस देना चाहूंगा कि अपनी फील्ड विच जम के मेहनत करो। अगर तुम्हारी तो अचीवमेंट नहीं आ रही है तो होर हार्ड वर्क करो, क्योंकि हार्ड वर्क अगर असी करांगे अपनी फील्ड ही तो डेफिनेटली एक दिन ऐसा एजा आएगा तो सानू साडा जो अचीवमेंट है, जो प्रॉपर डेस्टिनेशन है, जो प्रॉपर असी टारगेट लेके चल रहे हैं, वो डेफिनेटली मिलेगा उन्ना सारे प्लेयरों ने। जी, हुण जांदे जांदे कोई सुनेहा, कोई मैसेज तुसीं देना चाहुंदे हो साडी नौजवान पीढ़ी नूं, साडे समाज नूं? जी मैं दो मैसेज देना चाहूंगा। एक ते मैं बच्चियां लई मैसेज देना चाहूंगा, क्योंकि साडे समाज इच एक मिसकनसेप्शन है कि बच्चियां स्पोर्ट्स इच पार्टिसिपेट नहीं कर सकदियां। मैं तुहानू दसना चाहूंगा कि साडे अगर इत्थे बच्चियां इंटरनेशनल लेवल ते जा सकदियां, साडे पुंछ तू जा सकदियां, जेएंडके तू जा सकदियां, ते डेफिनेटली मैं उन्हां पेरेंट नू लई ये मैसेज देना चाहूंगा कि अपनी बच्चियां नू मैक्सिमम स्पोर्ट्स विच इन्वॉल्व करो, क्योंकि मार्शल आर्ट जिहड़ी है एक बच्ची लई बहुत जरूरी है। क्योंकि अगर बच्ची जी मार्शल आर्ट पार्टिसिपेट करेगी तद ही अपना डिफेंस करेगी, मोर ओवर मार्शल आर्ट गेम नाल पार्टिसिपेट करने लाई उसकी अचीवमेंट जो आनगी है उस नाल मैं पहले ही दसिया है कि उन्हें प्रॉपर अगर यूटिलाइज करेंगे तो अच्छी थां ते पहुंचेंगे, चाहे वो डिफरेंट डिग्रीज या डिफरेंट यूनिवर्सिटी विच एडमिशन होए या प्रॉपर SRO लाई, अगर कोई जॉब भी लेनी होए तो उदे लाई काफी ज्यादा इंपॉर्टेंट है ये चीज। दूजा बिल्कुल मैसेज मैं देना चाहवांगा नौजवान पीढ़ी को, जड़ी अपने राई पटक गए और ड्रग्स ते तरफ चले गए। मैं कहना है कि ड्रग्स जे ए जी महामारी है जो साडे समाज नु खत्म कर रही है, ते मैं अपने राई इयो मैसेज देना चाहांगा कि से नो टू ड्रग्स, से यस टू स्पोर्ट्स। अगर असी स्पोर्ट्स ही जी जावांगे ते तुहाडी जो एनर्जी है वो पॉजिटिव वे नाल चैनलाइज होगी, ते मैं तमाम तुहाडे चैनल राई जितने भी व्यूअर सुन रहे हैं, मैं उन्हें नौजवान पीढ़ी नु इयो मैसेज देना चाहांगा कि ड्रग्स नु छड़ के स्पोर्ट्स दे तरह आओ, और स्पोर्ट्स दे तरह अगर तुसी आओगे ते तुहाडी एनर्जी पॉजिटिव वे नाल चैनलाइज होएगी, तुहाडी बॉडी फिट रहेगी, माइंड फिट रहेगा, ते तुसी नेगेटिव जिहड़ी पावर से उन्हां कोलों बचोगे और अपना ते अपने देश दा ते अपने माता पिता दा ते अपनी कौम दा नाम रोशन करो। जी बिल्कुल, और तुसीं बहुत ही जरूरी गल्लां जिहड़ियां साडे नाल सांझियां कीतियां ने, जिहड़ियां हर एक वर्ग दे लई बहुत जरूरी है, चाहे नौजवान, चाहे मिडल एज, चाहे बच्चे, छोटी उम्र दे बच्चे, क्योंकि आपां ना पेरेंट्स ने जिहड़े असीं ज्यादा ध्यान नहीं दिंदे बच्चों के स्किल्स वल, ज्यादा फोकस आपां पढ़ाई दे उत्ते रख्या होया वा, पढ़ाई भी बहुत ज्यादा जरूरी है, लेकिन तुसीं बहुत ही लाहेवंद गल्लां जिहड़ियां साडे नाल सांझियां कीतियां ने, और एक बाणी चैनल की पूरी टीम के वालों मैं तुहाडा बहुत बहुत धन्यवाद करती हाँ कि तुसी अपने कीमती समय के विचों साडे नाल गलबात करन दे लई समां कढ़िया। वाहिगुरु जी का खालसा, वाहिगुरु जी की फतेह। वाहिगुरु जी। इस सन साडे नाल गलबात करन दे लई पुंछ तो सरदार रजिंदर सिंह जी, जेडे कि एक अध्यापक भी ने फिजिकल एजुकेशन दे एंड ਅਤੇ ਨਾਲ ਹੀ ਤਾਈਕਵਾਂਡੋ ਦੇ ਕੋਚ ਵੀ ਨੇ, ਔਰ ਪੁੰਛ ਦੇ ਵਿੱਚ ਇਹਨਾਂ ਨੇ ਸਪੋਰਟਸ ਨੂੰ ਬਹੁਤ ਜ਼ਿਆਦਾ ਅਗਾਂਹ ਲੈ ਕੇ ਗਏ ਨੇ। ਬੱਚੇ ਬੱਚਿਆਂ ਦਾ ਰੁਝਾਨ ਇਹਨਾਂ ਨੇ ਖੇਡਾਂ ਵੱਲ ਕੀਤਾ, ਜਿੱਦਾਂ ਇਹਨਾਂ ਨੇ ਦੱਸਿਆ ਕਿ 4 ਬੱਚਿਆਂ ਤੋਂ ਸ਼ੁਰੂ ਕੀਤਾ ਸੀ, ਅੱਜ 2-2.5 ਸੌ ਤੱਕ ਬੱਚਾ ਇਹਨਾਂ ਦੇ ਕੋਲੋਂ ਜਿਹੜਾ ਕੋਚਿੰਗ ਲੈ ਰਿਹਾ, ਸਿੱਖ ਰਹੇ ਨੇ। ਔਰ ਆਪਾਂ ਕਹਿੰਦੇ ਹਾਂ ਕਿ ਪਰਮਾਤਮਾ ਵਾਹਿਗੁਰੂ ਇਹੋ ਜਿਹੇ ਜਿਹੜੇ ਇਨਸਾਨ ਨੇ ਸਾਡੇ ਸਮਾਜ ਦੇ ਅੰਦਰ ਇੰਨਾ ਵਧੀਆ ਸਾਡੇ ਲਈ ਕੰਮ ਕਰ ਰਹੇ ਨੇ, ਉਹਨਾਂ ਨੂੰ ਹੋਰ ਜ਼ਿਆਦਾ ਚੜ੍ਹਦੀ ਕਲਾ ਬਖਸ਼ਣ, ਔਰ ਹੋਰ ਜ਼ਿਆਦਾ ਉਹ ਤਰੱਕੀਆਂ ਕਰਨ, ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਸਾਡੇ ਬੱਚਿਆਂ ਨੂੰ ਸਮੇਂ-ਸਮੇਂ ਤੇ ਸੇਧ ਮਿਲਦੀ ਰਹੇ। ਤੇ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਮੈਨੂੰ ਦੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।